ਸਰ ਜ਼ਿਲ੍ਹਾ ਜੇਲ੍ਹ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਕਿ ਇੱਕ ਜੇਲ੍ਹ ਵਾਰਡਨ ਨੂੰ ਕੁਛ ਕੈਦੀਆਂ ਵੱਲੋਂ ਕੁੱਟਿਆ ਗਿਆ, ਮਾਮਲਾ ਕੀ ਹੈ ਜੀ? 23 ਤਰੀਕ ਨੂੰ ਥਾਣਾ ਸਿਟੀ 1 SHO ਨੂੰ ਕੰਪਲੇਂਟ ਆਈ ਸੀ ਕਿ ਇਦਾਂ ਲਕਸ਼ਮਣ ਸਿੰਘ ਜਿਹੜੇ ਉਹਨਾਂ ਦੇ ਜੇਲ੍ਹ ਵਾਰਡਨ ਨੇ ਉਹਨਾਂ ਨੂੰ 3 ਕੈਦੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਰਵੀ ਕੁਮਾਰ ਸੀ, ਸਾਹਿਲ ਆ ਅਤੇ ਸੁਖਵਿੰਦਰ ਆ। ਜਦੋਂ ਬੰਦੀ ਪਾਉਣ ਲੱਗੇ ਸੀ ਤਾਂ ਉਦੋਂ ਇਹਨਾਂ ਦਾ ਆਪਸ ਵਿੱਚ ਕਿਸੇ ਗੱਲ ਤੋਂ ਤਕਰਾਰਬਾਜ਼ੀ ਹੋਈ ਸੀ। ਜਿਹੜੇ ਪਹਿਲਾਂ ਹੀ ਜੇਲ੍ਹ ਵਾਰਡਨ ਨਾਲ ਬੰਧਕ ਵੀ ਰੱਖਦੇ ਸੀਗੇ, ਇਹਨਾਂ ਤਿੰਨਾਂ ਨੇ ਰਲ ਕੇ ਇਹਨਾਂ ਨੂੰ ਕੁੱਟਮਾਰ ਕੀਤੀ ਸੀ, ਜਿਸ ਦੇ ਤਹਿਤ ਇਹ ਹੋਸਪਿਟਲ ਦਾਖਲ ਹੋਏ ਸੀ, ਜਿੱਥੇ ਇਹਨਾਂ ਦਾ ਬਿਆਨ ਲਿਖ ਕੇ ਇਹਨਾਂ ਦੇ ਖਿਲਾਫ਼ ਜਿਹੜਾ 353 86 283 24 ਕੇਸ ਰਜਿਸਟਰ ਕੀਤਾ ਗਿਆ।